दुबई के उगे पंजाबी सनतकार डॉक्टर एस पी सिंह उबराई वालों चलाई जा रही संस्था सरबत दा भला चैरिटेबल ट्रस्ट वालों आज सिविल सर्जन दफ्तर अमृतसर नूं वड्डी गिनती विच पीपीई किटां सर्जिकल मास्क इन्फ्रारेड थर्मामीटर सैनिटाइजर समेत सेहत सुरक्षा नाल संबंधित होर लोड़ींदा समान दिता गया। इस मौके विशेष तौर ते पहुंचे डॉक्टर एस पी सिंह उबराई ने कैबिनेट मंत्री ओम प्रकाश सोनी मैंबर पार्लीमेंट गुरजीत सिंह औजला की मौजूदगी विच दस्सिया के सरबत दा भला चैरिटेबल ट्रस्ट वालों जदों दा कोरोना वायरस शुरू होया जदों दा कोरोना वायरस शुरू होया तो दो तीन जिहड़ियां मुहिम असीं शुरू कीतियां सी जिस तरह कि दस्या सोनी साहब ने हुणे कि पीपी किटां हो गईआं जां N95 मास्क हो गए जो भी रिक्वायरमेंट सी कि अपने मैडिकल कॉलेजेस दी जां सिविल हॉस्पिटलां दी जां साडे पुलिस डिपार्टमेंट जिहड़े सी इह सारी जिहड़ी पूरी कीती है। तो हुण तक तकरीबन असीं कोई 20,000 पीपी किट ते 30,000 दे करीब N95 मास्क ਅਤੇ 7,00,000 ਜਿਹੜਾ ਅਸੀਂ ਆਪਣਾ 3-layer ਮਾਸਕ ਹੈ ਇਹ ਦੇ ਚੁੱਕੇ ਹਾਂ। ਅਤੇ ਥਰਮਾਮੀਟਰ ਦੀ ਗੱਲ ਕਰੀਏ 250 ਥਰਮਾਮੀਟਰ ਜਿਹੜੇ ਅਸੀਂ ਆਲਰੇਡੀ ਸਾਰੇ ਸਿਵਲ ਹੋਸਪਿਟਲ ਸਾਰੇ SSP ਆਫਿਸ ਸਾਰੇ DC ਆਫਿਸ ਨੂੰ ਆਪਾਂ ਇਹ ਭੇਜ ਚੁੱਕੇ ਹਾਂ ਜਿੱਥੇ ਮੈਡੀਕਲ ਦਾ ਸਾਰਾ ਕਰ ਰਹੇ ਸੀ ਨਾਲ ਦੇ ਨਾਲ। ਤਕਰੀਬਨ ਇਸ ਮਹੀਨੇ ਅਸੀਂ 50,000 ਜਿਹੜੀਆਂ ਫੈਮਿਲੀ ਨੂੰ ਟੱਚ ਕਰ ਚੁੱਕੇ ਹਾਂ। ਕੋਈ ਤਕਰੀਬਨ 550 ਟਨ ਜਿਹੜਾ ਰਾਸ਼ਨ ਹੈਗਾ ਤੋ ਇਹ ਅਸੀਂ ਆਲਰੇਡੀ ਸਾਰਾ ਪੰਜਾਬ ਕਵਰ ਕੀਤਾ। ਔਰ ਇਹਦੇ ਵਿੱਚ ਸਾਡੀ ਕਿੱਟ ਜਿਹੜੀ ਹੁੰਦੀ ਹੈ ਉਹ 20 ਕਿਲੋ ਦੀ ਕਿੱਟ ਹੁੰਦੀ ਜਿਹਦੇ ਨਾਲ ਇੱਕ ਬੰਦੇ ਦਾ ਜਿਹੜਾ ਫੈਮਿਲੀ ਦਾ 1 ਮਹੀਨੇ ਦਾ ਰਾਸ਼ਨ ਹੁੰਦਾ। ਔਰ 6 ਮਹੀਨੇ ਤੱਕ ਅਸੀਂ ਕੀਤਾ ਕਿ ਸੈਪਟੰਬਰ ਤੱਕ ਜਿਹੜਾ ਅਸੀਂ ਕਿਉਂਕਿ ਇਹ ਲੜਾਈ ਲੰਬੀ ਸਾਨੂੰ ਲੜਨੀ ਪੈਣੀ ਹੈ ਸੋ 6 ਮਹੀਨੇ ਤੱਕ ਸਾਡਾ ਇੰਤਜ਼ਾਮ ਹੈਗਾ। ਅਤੇ ਟੋਟਲ ਜਿਹੜਾ ਅਸੀਂ ਬਜਟ ਰੱਖਿਆ ਸੀ ਇਹਦੇ ਲਈ ਖਾਣ ਪੀਣ ਦਾ 12 ਕਰੋੜ ਰੁਪਇਆ ਅਤੇ 8 ਕਰੋੜ ਸਾਡਾ ਟਰੱਸਟ ਵੱਲੋਂ ਰੱਖਿਆ ਗਿਆ ਮੈਡੀਕਲ ਫੈਸਿਲਿਟੀ ਦਾ। ਸੋ ਟੋਟਲ 20 ਕਰੋੜ ਦਾ ਬਜਟ ਅਸੀਂ ਇਹ ਰੱਖਿਆ ਹੈ। देखो जे मेरी राय मनो तो मैं तो चाहता सी कि थोड़ा जिहा होर लम्मा चलना चाहिए सीगा लेकिन सरकार भी की करे लोग भी अंदर घर बंद बैठे सी। सो हुण साडा फर्ज बनता कि असी जिहड़ा सोशल डिस्टेंस बना के रखी है जो हदायतां सानूं दित्तियां गईआं ने जो साडी सरकार वल्लों इस मौके ते DC अमृतसर शिव दुलार सिंह ढिल्लों पुलिस कमिश्नर डॉक्टर सुखचैन सिंह गिल विकास सोनी रविंदर रॉबिन ट्रस्ट सलाहकार सुखदीप सिद्धू जिला प्रधान सुखजिंदर सिंह हेर जनरल सकत्तर मनप्रीत संधु वित्त सकत्तर नवजीत कई मीत प्रधान शीशपाल लाडी शिवदेव सिंह बल तो इलावा मुलाजिम आगू बाबा शमशेर सिंह RK देवगन डॉक्टर मनजीत सिंह गुरदेव सिंह ढिल्लों अशोक कुमार आदि हाजिर सन। इस मौके पंजाब दर्पण न्यूज के पत्रकार सदर प्रीतपाल सिंह नाल विशेष गलबात करते हुए OP सोनी अती MP गुरजीत सिंह औजला ने पंजाब सरकार वल्लों डॉक्टर उबराई दा विशेष धन्नवाद करदिआं कहा कि ਜਿਹੜਾ ਸਰਬੱਤ ਦੇ ਪ੍ਰੋਗਰਾਮ ਸਬੰਧਤ ਹੈਗਾ ਮੈਂ ਤਾਂ ਪਹਿਲੀ ਗੱਲ ਧੰਨਵਾਦ ਕਰਦਾ SP ਬਰਾਏ ਜੀ ਦਾ ਔਰ ਸਰਬੱਤ ਦਾ ਭਲਾ ਦਾ ਕਿਉਂਕਿ ਇਹ ਹਮੇਸ਼ਾ ਹੀ ਦੁੱਖ ਸੁੱਖ 'ਚ ਪੰਜਾਬ ਦੇ ਭਾਈਵਾਰ ਰਹੇ ਨੇ ਪੰਜਾਬ ਦੇ ਲੋਕਾਂ ਦੇ ਭਾਈਵਾਰ ਰਹੇ ਨੇ। ਦੁਬਈ 'ਚ ਹੋਣ ਕਿਤੇ ਵੀ ਅਰਬ ਦੇ ਵਿੱਚ ਜਿੱਥੇ ਵੀ ਕੋਈ ਡੈੱਡ ਬੋਡੀਜ਼ ਫਸੀਆਂ ਨੇ ਜਾਂ ਕੋਈ ਵੈਸੇ ਫਸ ਗਿਆ ਹੈ ਚਾਹੇ ਕੋਈ ਪੰਜਾਬ ਦੀਆਂ ਲੜਕੀਆਂ ਦੀ ਗੱਲ ਹੋਵੇ ਚਾਹੇ ਆਮ ਬੰਦੇ ਦੀ ਗੁਹਾਰ ਹੋਵੇ ਇਹਨਾਂ ਨੇ ਹਮੇਸ਼ਾ ਪਹਿਲ ਦੇ ਆਧਾਰ 'ਤੇ ਉਹਨਾਂ ਦੀ ਮਦਦ ਕੀਤੀ ਹੈ ਔਰ ਧੰਨਵਾਦ ਕਰਦੇ ਇਹਨਾਂ ਦਾ। ਔਰ ਹੁਣ ਵੀ COVID-19 ਦੇ ਵਿੱਚ ਪਹਿਲੀ ਨਹੀਂ ਬਹੁਤ ਖੇਪਾਂ ਦੇ ਚੁੱਕੇ ਨੇ PP ਕਿੱਟਸ ਦੀਆਂ ਮਾਸਕ ਦਿੱਤੇ ਨੇ ਸੈਨੀਟਾਈਜ਼ਰ ਦਿੱਤੇ ਨੇ ਮਸ਼ੀਨਾਂ ਦਿੱਤੀਆਂ ਨੇ ਇਨਫਰਾਰੈੱਡ ਵੈਂਟੀਲੇਟਰ ਦਿੱਤੇ ਨੇ ਇਨਫਰਾਰੈੱਡ ਥਰਮਾਮੀਟਰ ਦਿੱਤੇ। ਸੋ ਇਹਨਾਂ ਦਾ ਹਮੇਸ਼ਾ ਹੀ ਬੜਾ ਵੱਡਾ ਯੋਗਦਾਨ ਰਿਹਾ। ਸੋ ਮੈਂ ਇਹਨਾਂ ਦੀ ਪ੍ਰਸ਼ੰਸਾ ਕਰਦਾ ਇਸ ਗੱਲ ਦੀ ਔਰ ਇਹਨਾਂ ਨੇ ਪਾਏ ਯੋਗਦਾਨ ਦਾ ਪਰਮਾਤਮਾ ਮੇਹਰ ਰੱਖੇ ਔਰ ਅੱਜ ਤੁਹਾਡੇ ਸਾਹਮਣੇ ਬੜਾ ਵੱਡਾ ਇਹਨਾਂ ਨੇ ਉਪਰਾਲਾ ਕੀਤਾ ਹੈ ਕਿ ਆਪਣੇ ਕੈਬਨਿਟ ਮਜੀਰ ਓਮ ਪ੍ਰਕਾਸ਼ ਸੋਨੀ ਜੀ ਵੀ ਇਸ ਪੰਖਿਆਂ 'ਚ ਉੱਚੇ ਤੌਰ 'ਤੇ ਹਾਜ਼ਰ। ਪਰ ਇਹ ਸਮਾਨ ਕਿੱਥੇ ਕਿੱਥੇ ਪਹੁੰਚਾਇਆ ਜਾਏਗਾ ਜੀ? ਇਹ ਦਿੱਤਾ ਜਾਏਗਾ ਗੁਰੂ ਨਾਨਕ ਦੇਵ ਹੋਸਪਿਟਲ ਨੂੰ ਹੀ ਦਿੱਤਾ ਜਾਏਗਾ। ਸਰ ਹੋਰ ਵੀ ਕਾਫੀ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਕਿਉਂਕਿ ਲੋਕਡਾਊਨ ਵਧਾ ਦਿੱਤਾ ਗਿਆ ਪਰ ਜਿਹੜੇ ਲੋਕ ਨੇ ਉਹ ਘਰਾਂ ਤੋਂ ਬਾਹਰ ਆਣ ਕੇ ਉਲੰਘਣਾ ਕਰ ਰਹੇ ਆ ਜੀ। ਦੇਖੋ ਇਹ ਤਾਂ ਲੋਕਾਂ ਨੂੰ ਸਮਝਣਾ ਚਾਹੀਦਾ। ਹੁਣ ਦੇਖੋ ਸਰਕਾਰ ਦਾ ਸਾਥ ਦੇਣਗੇ ਉਹਨਾਂ ਦਾ ਸਾਥ ਹੈ। ਪਹਿਲੀ ਗੱਲ ਇਹ ਪਰਿਵਾਰ ਤੋਂ ਪਰਿਵਾਰ ਨੂੰ ਜੇ ਬਚਾਉਣਾ ਤਾਂ ਤੁਹਾਨੂੰ ਲੋਕਡਾਊਨ ਦੀਆਂ ਗਾਈਡਲਾਈਨ ਫੋਲੋ ਕਰਨੀਆਂ ਪੈਣਗੀਆਂ। ਜੇ ਪਰਿਵਾਰ ਨੂੰ ਤੁਸੀਂ ਨਹੀਂ ਬਚਾਉਣਾ ਤੁਹਾਡੀ ਮਰਜ਼ੀ ਇਸ ਗੱਲ ਦੇ ਵਿੱਚ। ਸੋ ਉਹ ਇਹਨੂੰ ਫਾਲੋ ਨਹੀਂ ਕਰਦੇ, ਇਹ ਲੋਕਾਂ ਨੂੰ ਆਪਣਾ ਬਚਾਅ ਕਰਨਾ ਪਊ। ਤੁਹਾਡੇ ਵੱਲੋਂ ਕੀ ਅਪੀਲ ਹੈ ਜੀ ਲੋਕਾਂ? ਮੇਰੀ ਇਹੀ ਅਪੀਲ ਹੈ ਕਿ ਇਹਨੂੰ ਇਹਦੀਆਂ ਗਾਈਡਲਾਈਨ ਸਰਕਾਰ ਦੀਆਂ ਫੋਲੋ ਕਰੋ, ਆਪਣੇ ਆਪ ਨੂੰ ਬਚਾਓ, ਮਾਸਕ ਪਾਓ ਹੱਥ ਤੋਂ। ਅਜੇ ਬਿਮਾਰੀ ਗਈ ਨਹੀਂ, ਲੋਕ ਇਸ ਤਰੀਕੇ ਨਾਲ ਬਿਹੇਵ ਕਰ ਰਹੇ ਕਿ ਜਿਵੇਂ ਬਿਮਾਰੀ ਖਤਮ ਹੋ ਚੁੱਕੀ ਹੈ। ਬਿਮਾਰੀ ਖਤਮ ਨਹੀਂ ਹੋਈ, ਬਿਮਾਰੀ ਉਸੇ ਤਰ੍ਹਾਂ ਹੀ ਹੈ, ਖਤਰਾ ਉਸੇ ਤਰ੍ਹਾਂ ਹੀ ਹੈ। ਆਪਣੇ ਆਪ ਨੂੰ ਬਚਾਓ ਜਿੰਨਾ ਬਚਾ ਸਕਦੇ। ਪੰਜਾਬ ਦਰਪਣ ਨਿਊਜ਼ ਲਈ ਅੰਮ੍ਰਿਤਸਰ ਤੋਂ ਪ੍ਰਿਤਪਾਲ ਸਿੰਘ ਸ਼ਾਹਕੋਟੀ ਦੀ ਵਿਸ਼ੇਸ਼ ਰਿਪੋਰਟ।